ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਐਜੂਕੇਸ਼ਨ ਅਕੈਡਮੀ 'ਤੇ। ਰਾਜੇ, ਜਿਹੜੀ ਚੀਜ਼ ਦੀ ਆਪਾਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀਗੇ, ਬੀ ਐੱਡ ਦੇ ਕੈਂਡੀਡੇਟਸ ਜਿਨ੍ਹਾਂ ਨੇ ਬੀ ਐੱਡ ਲਈ ਹੁਣ ਪਰਸਿਊ ਕਰਨਾ ਹੈ ਕਿ ਫਾਈਨਲ ਨੋਟੀਫਿਕੇਸ਼ਨ ਕਦੋਂ ਆਊਟ ਹੋਊਗਾ, ਕਦੋਂ ਐਗਜੈਕਟ ਪਤਾ ਲੱਗੂਗਾ ਕਿ ਇਗਜ਼ਾਮ ਕਦੋਂ ਹੋਊਗਾ, ਹੈ ਨਾ, ਜਿਹੜੇ ਫੋਰਮ ਨੇ ਕਦੋਂ ਰਿਲੀਜ਼ ਹੋਣਗੇ, ਅਤੇ ਕੌਂਸਲਿੰਗ ਕਦੋਂ ਹੋਊਗੀ, ਫਸਟ ਕੌਂਸਲਿੰਗ ਦੀ ਕੀ ਡੇਟ ਹੋਊਗੀ, ਸੈਕਿੰਡ ਕੌਂਸਲਿੰਗ ਦੀ ਕੀ ਡੇਟ ਹੋਊਗੀ। ਤਾਂ ਫਾਈਨਲੀ ਜਿਹੜਾ ਸਕੈਜੂਅਲ ਹੈਗਾ ਪੰਜਾਬ ਯੂਨੀਵਰਸਿਟੀ ਵੱਲੋਂ ਆਊਟ ਕਰ ਦਿੱਤਾ ਗਿਆ ਹੈਗਾ। ਉਸ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਦੀ ਹਾਂ, ਜੇਕਰ ਤੁਸੀਂ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਹਾਂਜੀ, ਆਪਾਂ ਵੇਖਦੇ ਹਾਂ ਸਕੈਜੂਅਲ। ਤਾਂ ਇਹਦੇ ਵਿੱਚ ਦੇਖੋ, 14 June ਤੋਂ ਰਾਜੇ ਜਿਹੜੀ ਪ੍ਰੋਸਪੈਕਟ ਅਤੇ ਜਿਹੜੀ ਔਨਲਾਈਨ ਰਜਿਸਟ੍ਰੇਸ਼ਨਸ ਹੈਗੀਆਂ ਉਹ ਸਟਾਰਟ ਹੋ ਜਾਣਗੀਆਂ। 15 July ਨੂੰ ਤੱਕ ਜਿਹੜੀ ਲਾਸਟ ਡੇਟ ਹੈ ਤੁਹਾਡੀ ਸਬਮਿਸ਼ਨ ਦੀ, 18 July ਤੱਕ ਤੁਸੀਂ ਫੀਸ ਹੈ ਜਿਹੜੀ ਔਨਲਾਈਨ ਮੋਡ ਦੇ ਥਰੂ ਫਿਲ ਕਰ ਸਕਦੇ ਹੋਗੇ। 21 July ਹੈ ਜਿਹਦੇ ਵਿੱਚ ਤੁਹਾਡੇ ਫੋਟੋਗ੍ਰਾਫ, ਸਿਗਨੇਚਰ, ਜੇ ਕੋਈ ਇਨਫੋਰਮੇਸ਼ਨ ਰਹਿ ਗਈ ਵੈਬਸਾਈਟ 'ਤੇ ਤੁਸੀਂ ਉਹ ਅਪਡੇਟ ਕਰ ਸਕਦੇ ਹੋ। ਐਡਮਿਟ ਕਾਰਡਸ ਤੁਹਾਨੂੰ 26 July ਤੱਕ ਔਨਲਾਈਨ ਜਿਹੜੇ ਮਿਲ ਜਾਣਗੇ। 22 July ਤੋਂ 30 July ਤੱਕ ਜੇਕਰ ਕੋਈ ਕੈਂਡੀਡੇਟ ਆਪਦਾ ਫੋਰਮ ਨਹੀਂ ਕੰਪਲੀਟ ਕਰ ਸਕਿਆ, ਕਿਸੇ ਰੀਜ਼ਨਸ ਕਰਕੇ ਕੁਛ ਰਹਿ ਗਿਆ, ਤਾਂ ਉਹ 500 rupees ਲੇਟ ਫੀਸ ਭਰ ਕੇ ਆਪਦਾ ਅਪਡੇਟ ਕਰ ਸਕਦਾ ਹੈਗਾ। ਐਗਜ਼ਾਮੀਨੇਸ਼ਨ ਸੈਂਟਰ ਵਿਲ ਵੀ ਚੰਡੀਗੜ੍ਹ ਐਂਡ ਲੁਧਿਆਣਾ ਓਨਲੀ। ਤਾਂ ਪੇਪਰ ਇਹ ਸਭ ਤੋਂ ਵੱਡੀ ਆ, ਅੱਗੇ ਕੀ ਹੁੰਦਾ ਸੀ ਡਿਸਟ੍ਰਿਕਟ ਵਾਈਜ਼ ਹੁੰਦਾ ਸੀ ਪੇਪਰ, ਬਟ ਇਸ ਵਾਰੀ ਜਾਂ ਤਾਂ ਐਗਜ਼ਾਮੀਨੇਸ਼ਨ ਸੈਂਟਰ ਚੰਡੀਗੜ੍ਹ ਬਣ ਰਿਹਾ ਜਾਂ ਫਿਰ ਲੁਧਿਆਣਾ ਹੀ ਬਣ ਰਿਹਾ, ਦੋ ਹੀ ਸੈਂਟਰ ਆਉਣਗੇ। 22 July ਤੋਂ 30 July ਦੇ ਵਿੱਚ ਜਿਹੜੀ ਕੀ ਹੈ, ਜਿਨ੍ਹਾਂ ਨੇ ਰਜਿਸਟਰ ਨਹੀਂ ਕੀਤਾ ਤਾਂ ਉਹ ਲੇਟ ਫੀਸ 1500 ਨਾਲ ਪੇ ਕਰ ਸਕਦੇ ਨੇਗੇ। ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਵੀ ਜਿੰਨੇ ਨੇ ਵੀ ਅਪਲਾਈ ਕਰਨਾ, 21 July ਤੋਂ ਪਹਿਲਾਂ ਤੁਸੀਂ ਆਪਦਾ ਅਪਲਾਈ ਕਰ ਦਿਓ। 1 August ਨੂੰ ਜਿਹੜੇ ਐਡਮਿਟ ਕਾਰਡ ਨੇ ਉਹ ਇਸ਼ੂ ਹੋ ਜਾਣਗੇ ਤੁਹਾਨੂੰ, ਅਤੇ ਜਿਨ੍ਹਾਂ ਦੀ ਲੇਟ ਫੀਸ ਹੋਊਗੀ। 4 August ਤੋਂ ਲੈ ਕੇ ਜਿਹੜਾ ਇਗਜ਼ਾਮ ਹੈ ਤੁਹਾਡਾ 10:30 ਤੋਂ ਲੈ ਕੇ 1 PM ਤੱਕ ਡੇਟ ਜਿਹੜੀ ਐਂਟਰੈਂਸ ਦੀ ਹੋਊਗੀ। ਆਂਸਰ ਕੀਜ਼ 8 August ਨੂੰ ਆ ਜਾਣਗੀਆਂ। 10 August ਨੂੰ ਜੇਕਰ ਕੋਈ ਓਬਜੈਕਸ਼ਨ ਰੇਜ਼ ਹੁੰਦੀ ਆਂਸਰ ਕੀ, ਤਾਂ ਉਹ ਸਬਮਿਟ ਹੋਣਗੀਆਂ। 13 July ਨੂੰ ਜਿਹੜੀ ਕੋਲੇਜਿਸ ਦੀ ਸੀਟਸ ਡਿਸਪਲੇ ਹੋ ਜਾਣਗੀਆਂ, ਕਿਹੜੇ ਕੋਲੇਜ ਦੇ ਵਿੱਚ ਕਿਹੜੀਆਂ ਸੀਟਸ ਨੇਗੀਆਂ। 5 August ਤੋਂ 15 August ਤੱਕ ਤੁਸੀਂ ਆਪਦੇ ਡਿਗਰੀ ਦੇ ਕੁਆਲੀਫਾਈਂਗ ਮਾਰਕਸ ਨੇ ਜਿਹੜੇ ਉਹ ਅਪਡੇਟ ਕਰੋਗੇ। ਬਾਈ ਚਾਂਸ ਜੇਕਰ ਉਦੋਂ ਕਿਸੇ ਦਾ ਰਿਜ਼ਲਟ ਨਹੀਂ ਆਇਆ ਹੋਇਆ ਤਾਂ ਤੁਸੀਂ ਉਦੋਂ ਮਤਲਬ ਐਜ਼ ਅਪੀਅਰਡ ਪਾਓਗੇ, ਬਟ ਇਹ ਧਿਆਨ ਰੱਖਿਓ ਕਿ ਸੈਕਿੰਡ ਕੌਂਸਲਿੰਗ ਤੋਂ ਪਹਿਲਾਂ ਤੁਹਾਡਾ ਗ੍ਰੈਜੂਏਸ਼ਨ ਦਾ ਰਿਜ਼ਲਟ ਆਉਣਾ ਜ਼ਰੂਰੀ ਹੈ। ਅਦਰਵਾਈਜ਼ ਤੁਹਾਡੀ ਬੀ ਐੱਡ ਜਿਹੜੀ ਉਹ ਨਹੀਂ ਕੰਟੀਨਿਊ ਹੋਊਗੀ, ਤਾਂ ਤੁਸੀਂ ਆਪਦਾ ਯੂਨੀਵਰਸਿਟੀ 'ਚੋਂ ਜਾ ਕੇ ਵੀ ਰਿਜ਼ਲਟ ਲੈ ਕੇ ਆ ਸਕਦੇ ਹੋ। ਜੇਕਰ ਕਿਸੇ ਦੀ ਸਪਲੀ ਆ, ਕਿਸੇ ਨੇ 3rd, 4th, 5th, 6th sem ਕਿਸੇ ਵੀ ਰੀਪੀਅਰ ਭਰਿਆ ਹੋਇਆ ਹੈਗਾ, ਰੀਵੈਲੂਏਸ਼ਨ ਦਿੱਤੀ ਹੋਈ ਹੈ, ਤਾਂ ਤੁਹਾਨੂੰ ਉੱਥੋਂ ਪ੍ਰੋਵੀਜ਼ਨਲ ਰਿਜ਼ਲਟ ਮਿਲ ਜੂਗਾ। ਯੂਨੀਵਰਸਿਟੀ ਜਾ ਕੇ ਤੁਸੀਂ ਉਸ ਤੋਂ ਪਹਿਲਾਂ ਆਪਣਾ ਪ੍ਰੋਵੀਜ਼ਨਲ ਰਿਜ਼ਲਟ ਲੈ ਕੇ ਆਉਣਾ ਹੈਗਾ। ਅਤੇ ਜਿਹੜੇ ਐਂਟਰੈਂਸ ਟੈਸਟ ਦਾ ਰਿਜ਼ਲਟ ਹੈ 18 August ਨੂੰ ਸ਼ਾਮ ਨੂੰ 8 PM ਹੋ ਜੂਗਾ। ਫਿਰ ਅਜੇ ਆ ਜਾਂਦੀ ਹੈ ਫਸਟ ਔਨਲਾਈਨ ਕੌਂਸਲਿੰਗ ਹੋਊਗੀ, ਜਿਹੜੀ ਔਨਲਾਈਨ ਕੌਂਸਲਿੰਗ ਮੇਜਰ ਸਬਜੈਕਟ ਕੋਂਬੀਨੇਸ਼ਨ ਅਤੇ ਕੋਲੇਜਸ ਤੁਸੀਂ ਚੂਜ਼ ਕਰ ਰਹੇ ਹੋਗੇ 19 August ਤੋਂ 23 August ਦੇ ਵਿੱਚ ਇਹ ਮਤਲਬ ਜਿਹੜੇ ਕੋਲੇਜ ਦੇ ਵਿੱਚ ਤੁਸੀਂ ਚਾਹੁੰਦੇ ਹੋ ਤੁਹਾਨੂੰ ਲੱਗੇ ਤਾਂ ਤੁਸੀਂ ਬੈਟਰ ਹੈ ਉਸ ਕੋਲੇਜਸ 'ਚ ਪਹਿਲਾਂ ਵਿਜ਼ਿਟ ਕਰ ਲਓ, ਤਾਂ ਉਹ ਕੋਲੇਜਸ ਵੀ ਤੁਹਾਨੂੰ ਹੈਲਪ ਕਰ ਦੇਣਗੇ ਕੌਂਸਲਿੰਗ ਦੇ ਵਿੱਚ, ਕਿੱਦਾਂ ਤੁਸੀਂ ਕੋਲੇਜ ਚੂਜ਼ ਕਰਨਾ ਹੈਗਾ, ਕਿਹੜੇ ਮੇਜਰ ਸਬਜੈਕਟ ਲੈਣੇ ਆ, ਕਿਹੜੇ ਮਾਈਨਰ ਸਬਜੈਕਟ ਲੈਣੇ ਨੇ। ਵੈਸੇ ਮੈਂ ਇਹਦੇ ਉੱਤੇ ਵੀ ਇੱਕ ਵੀਡੀਓ ਇਸ ਤੋਂ ਪਹਿਲਾਂ ਪਾ ਦਿੱਤੀ ਸੀ, ਜੇਕਰ ਕੋਈ ਫਿਰ ਵੀ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪਾ ਦਿਓ, ਮੈਂ ਦੁਬਾਰਾ ਐਕਸਪਲੇਨ ਕਰ ਦਾਂਗੀ। 25 August ਤੋਂ ਲੈ ਕੇ ਜਿਹੜੀਆਂ ਸੀਟਸ ਨੇ ਤੁਹਾਨੂੰ ਐਲੋਕੇਟ ਹੋ ਜਾਣਗੀਆਂ ਮੈਰਿਟ ਬੇਸ 'ਤੇ। 27 August ਤੋਂ 30 August ਤੁਸੀਂ ਰਿਪੋਰਟ ਕਰਨਾ ਹੋਊਗਾ ਕੋਲੇਜਸ ਦੇ ਵਿੱਚ। 31 August ਲਾਸਟ ਡੇਟ ਹੋਊਗੀ ਰਿਪੋਰਟਿੰਗ ਦੀ, ਉਸ ਤੋਂ ਬਾਅਦ ਤੁਸੀਂ ਕੋਲੇਜ ਦੇ ਵਿੱਚ ਜਾ ਕੇ ਸੀਟ ਕਲੇਮ ਨਹੀਂ ਕਰ ਸਕਦੇ। ਫਿਰ ਸੈਕਿੰਡ ਕੌਂਸਲਿੰਗ ਦੀ ਵੇਟ ਕਰਨੀ ਪਊਗੀ, ਜਿਹੜੀ 27 to 1 September ਤੱਕ ਹੋਊਗੀ। ਅਤੇ ਔਨਲਾਈਨ ਕਲਾਸਿਸ ਜਿਹੜੀ ਫਿਲਿੰਗ ਹੋਊਗੀ ਮੇਜਰ ਸਬਜੈਕਟ ਦੀ 27 to 1 September ਹੋਊਗੀ। ਸੀਟਸ ਐਲੋਕੇਟ ਹੋਣਗੀਆਂ 4 September ਨੂੰ। ਅਗੇਨ ਫਿਰ ਤੁਸੀਂ ਕੋਲੇਜ ਪਹੁੰਚਣਾ ਹੋਊਗਾ 5 to 7 September ਤੱਕ। ਫਿਰ ਮੈਨੇਜਮੈਂਟ ਕੋਟਾ ਸੀਟਸ ਆ ਜਾਂਦੀਆਂ ਨੇਗੀਆਂ,
ਉਹ ਵੀ ਆਫਟਰ ਔਨਲਾਈਨ ਐਲੋਕੇਸ਼ਨ ਆਫ ਸੀਟਸ ਤੋਂ ਬਾਅਦ ਹੀ ਹੋਣਗੀਆਂ, ਜਦੋਂ ਉਹਨਾਂ ਦੀ ਔਨਲਾਈਨ ਰਜਿਸਟ੍ਰੇਸ਼ਨ ਹੋਊਗੀ 9 ਸਪਤੰਬਰ ਨੂੰ, ਉਹਨਾਂ ਨੂੰ ਵੀ ਔਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਪਊਗੀ। ਸੈਲਫ ਫਾਈਨਾਂਸ ਕੋਲੇਜ ਹੋਣਗੇ ਜਿਹੜੇ, ਉਹ ਆਪਣੀਆਂ ਸੀਟਸ 9 ਤੋਂ 16 ਸਪਤੰਬਰ ਦੇ ਵਿੱਚ ਫਿਲ ਕਰਨਗੇ, ਅਤੇ ਜਿਹੜੀ ਲਾਸਟ ਡੇਟ ਹੋਊਗੀ ਕੋਆਰਡੀਨੇਟਰ ਦੀ ਮਤਲਬ ਵੈਬ ਪੋਰਟਲ 'ਤੇ, ਉਹ 16 ਤੋਂ 18 ਹੋਊਗੀ। ਅਤੇ ਜਿਹੜੀ ਕਮੈਂਸਮੈਂਟ ਆਫ ਰੈਗੂਲਰ ਕਲਾਸਿਸ ਮਤਲਬ 9 ਸਪਤੰਬਰ, ਲਾਸਟ ਟਾਈਮ 11 ਸਪਤੰਬਰ ਸੀ, ਪ੍ਰੋਬੇਬਲੀ 9 ਸਪਤੰਬਰ ਤੋਂ ਥੋੜ੍ਹੀਆਂ ਜਿਹੜੀਆਂ ਕਲਾਸਿਸ ਨੇ ਉਹ ਸਟਾਰਟ ਹੋ ਜਾਣਗੀਆਂ। ਤਾਂ ਰਾਜੇ ਇਹ ਸੀਗਾ ਸਕੈਜੂਅਲ। ਜੇਕਰ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ। ਅਤੇ ਹੁਣ ਆਪਾਂ ਬਹੁਤ ਹੀ ਜਲਦ ਜਿਹੜੀ ਐਂਟਰੈਂਸ ਦੀ ਕੋਚਿੰਗ ਆ ਉਹ ਵੀ ਸਟਾਰਟ ਕਰ ਦਾਂਗੇ ਚੈਨਲ 'ਤੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ।